ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਅੱਜ ਦੀ ਨਿਊਜ਼ ਦੇ ਵਿੱਚ ਹੀ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਜਿਹੜੇ ਕਮੂਨੇ ਦੇ ਆਨਲਾਈਨ ਕੰਮ ਆ ਵੀ ਉਹ ਘਰ ਬੈਠੇ ਕਿਵੇਂ ਕਰ ਸਕਦੇ ਆ ਤੇ ਨਾਲ ਹੀ ਤੁਹਾਨੂੰ ਬੋਨਸ ਬਾਰੇ ਦੱਸਾਂਗੇ ਵੀ ਜਿਹੜਾ ਬੋਨਸ ਟੀਵੀ ਆ ਵੀ ਉਹ ਕੌਣ-ਕੌਣ ਅਪਲਾਈ ਕਰ ਸਕਦੇ ਆ ਉਹਦੇ ਤੁਹਾਨੂੰ ਕਿੰਨਾ ਈਜ਼ੀ ਚਾਹੀਦਾ ਤੇ ਜਿਹੜੇ ਵੀ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਸਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਜਿਹੜੀ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਣੇ ਚੈਨਲ ਤੇ ਜਿਵੇਂ ਹੀ ਨੈਸ਼ਨਲ ਖਬਰਾਂ ਤੇ ਆਪਾਂ ਇੰਟਰਨੈਸ਼ਨਲ ਖਬਰਾਂ ਤੁਹਾਨੂੰ ਦੰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੱਦ ਤੋਂ ਬੱਦ ਸਪੋਰਟ ਕਰੇ ਕਰੋ ਵੀਡੀਓ ਨੂੰ ਸ਼ੇਅਰ ਕਰੇ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਵੀ ਜਰੂਰ ਕਰੇ ਕਰੋ ਤੇ ਹੁਣ ਹਰ ਵਾਰ ਦੀ ਤਰ੍ਹਾਂ ਹੀ ਆਪਾਂ ਸ਼ੁਰੂ ਕਰਦੇ ਹਾਂ ਇਟਲੀ ਦੇ ਵਿੱਚ ਵੀ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਕੇਸ ਆਏ ਆ ਤੇ ਸਭ ਤੋਂ ਪਹਿਲਾਂ ਹੀ ਆਪਾਂ ਗੱਲ ਕਰੀਏ ਵੀ ਪਹਿਲਾਂ ਇਟਲੀ ਜਿਵੇਂ ਹੀ 7ਵੇਂ ਨੰਬਰ ਤੇ ਵੀ ਤਾਂ ਹੁਣ ਇਟਲੀ 8ਵੇਂ ਨੰਬਰ ਤੇ ਆ ਚੁੱਕੀ ਆ ਤੇ ਜਿਹੜੇ ਨਿਊ ਕੇਸ ਆਏ ਆ ਤਾਂ ਥੋੜੇ ਜਿਿਹੇ ਕੇਸ ਵੱਧ ਆਏ ਆ ਇਹ ਜਿਵੇਂ ਹੁਣ ਟੈਸਟ ਵੀ ਵੱਧ ਹੁੰਦੇ ਆ ਤਾਂ ਉਹਦੇ ਕਰਕੇ ਜਿਹੜੇ ਕੇਸ ਆ ਤਾਂ ਇਹਨਾਂ ਵਿੱਚ ਵੀ ਉੱਪਰ ਥੱਲੇ ਹੁੰਦੇ ਰਹਿੰਦੇ ਆ ਇਹ ਕੇਸ ਜੇ ਟੈਸਟ ਵੱਧ ਹੁੰਦੇ ਆ ਤਾਂ ਜਿਹੜੇ ਕੇਸ ਆ ਇਹ ਉਹ ਵੱਧ ਜਾਂਦੇ ਆ ਜਦੋਂ ਟੈਸਟ ਘੱਟ ਹੁੰਦੇ ਆ ਵੀ ਉਦੋਂ ਕੇਸ ਘੱਟ ਆ ਤਾਂ ਹੁਣ ਜਿਹੜੇ ਨਿਊ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ 19037 ਨਿਊ ਕੇਸ ਆਏ ਆ ਤੇ 459 ਬੰਦੇ ਦੀ ਨਿਊ ਡੈਥ ਹੋਈ ਆ ਤੇ ਜਿਹੜੀ ਟੋਟਲ ਡੈਥ ਆ ਉਹਦੀ ਗਿਣਤੀ ਹੋ ਚੁੱਕੀ ਹੈ ਹੁਣ 71368 ਤੇ ਜਿਹੜੇ ਟੋਟਲ ਕੇਸ ਆ ਤਾਂ ਇਹੋ ਹੁਣ 20 ਲੱਖ ਤੋਂ ਉੱਪਰ ਹੋ ਚੁੱਕੇ ਆ ਇਟਲੀ ਦੇ ਵਿੱਚ ਜੇ ਆਪਾਂ ਕਨਫਰਮਾ ਤੁਹਾਨੂੰ ਦਸੀਏ ਤਾਂ 2028354 ਹੋ ਚੁੱਕੇ ਆ ਤੇ ਇਹਦੇ ਵਿੱਚੋਂ ਜਿਹੜੇ ਠੀਕ ਹੋਏ ਆ ਬੰਦੇ ਤਾਂ ਇਹੋ 1370109 ਬੰਦਾ ਠੀਕ ਹੋ ਚੁੱਕੇ ਆ ਤੇ ਜੇ ਹੁਣ ਆਪਾਂ ਐਕਟਿਵ ਕੇਸ ਦੇਖੀਏ ਤਾਂ ਐਕਟਿਵ ਕੇਸ ਹੈਗੇ ਆ 5 ਲੱਖ 79886 ਤੇ ਜਿਹੜੇ ਹੁਣ ਇਸ ਟਾਈਮ ਆਈਸੀਯੂ ਦੇ ਵਿੱਚ ਆਈ ਬੰਦੇ ਤਾਂ ਉਹਨਾਂ ਦੀ ਗਿਣਤੀ ਹੈਗੀ ਆ 2584 ਤੇ ਇਸ ਤੋਂ ਬਾਅਦ ਹੀ ਹੁਣ ਆਪਾਂ ਗੱਲ ਕਰਦੇ ਆਂ ਇਹ ਵੈਕਸੀਨ ਤੇ ਤਾਂ ਵੈਕਸੀਨ ਵੀ ਜਿਹੜੀ ਹੁਣ ਦੱਸੀ ਜਾ ਰਹੀ ਆ 27 ਦਸੰਬਰ ਜਿਵੇਂ ਕੱਲ ਤੋਂ ਵੀ ਜਿਹੜੀ ਇਹ ਵੈਕਸੀਨ ਆ ਇਹਦਾ ਵੀ ਹੁਣ ਟ੍ਰੀਟਮੈਂਟ ਸ਼ੁਰੂ ਹੋ ਜਾਣਾ ਇਹ ਸਾਰੇ ਇਟਲੀ ਦੇ ਵਿੱਚ ਹੀ 21 ਥਾਵਾਂ ਤੇ ਵੀ ਜਿਹੜੀ ਇਹ ਉਪਲਬਧ ਹੋਊਗੀ ਵੀ ਜਿਹੜਾ ਟ੍ਰੀਟਮੈਂਟ ਆ ਇਹ ਸ਼ੁਰੂ ਹੋ ਜਣਾ ਤਕਰੀਬਨ ਹੁਣ ਸਾਰੇ ਪ੍ਰਵਿੰਸ਼ੀਆਂ ਦੇ ਵਿੱਚ ਇਹ ਵੈਕਸੀਨ ਦਾ ਹੁਣ 27 ਤਰੀਕ ਤੋਂ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਤੇ ਇਹ ਵੈਕਸੀਨ ਦੀ ਜਿਹੜੀ ਪਹਿਲਾਂ ਵਾਰ ਤੋਂ ਕੀਤੀ ਜਾਊਗੀ ਜਿਵੇਂ ਇਹ ਸਿਹਤ ਕਰਮਚਾਰੀਆ ਜਿਹੜੇ ਜਿਵੇਂ ਕਿ ਨਰਸਾਂ ਦਾ ਜਾਂ ਫਿਰ ਜਿਹੜੇ ਬਜ਼ੁਰਗ ਕਾਫੀ ਜ਼ਿਆਦਾ ਵੀ ਹੁਣ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਪਹਿਲਾਂ ਉਹਨਾਂ ਤੇ ਵਰਤੀ ਕੀਤੀ ਜਾਊਗੀ ਇਹ ਵੈਕਸੀਨ ਦੀ ਤੇ ਹੁਣ ਇਸ ਤੋਂ ਬਾਅਦ ਚੱਲਦੀ ਨੈਕਸਟ ਅਪਡੇਟ ਵੱਲ ਜਿਵੇਂ ਕਿ ਹੁਣ ਯੂਕੇ ਦੇ ਵਿੱਚ ਜਿਹੜਾ ਨਿਊ ਵਾਇਰਸ ਆ ਤਾਂ ਉਹਦੇ ਕਰਕੇ ਜਿਹੜੀ ਹੁਣ ਅਪਡੇਟ ਆ ਰਹੀ ਹੈ ਇਹ ਉਹ ਚਾਈਨਾ ਤੇ ਬ੍ਰਾਜ਼ੀਲ ਤੋਂ ਵੀ ਹੁਣ ਅਪਡੇਟ ਆ ਰਹੀ ਹੈ ਤੇ ਉਹਨਾਂ ਨੇ ਵੀ ਹੁਣ ਯੂਕੇ ਤੋਂ ਵੀ ਜਿਹੜੀਆਂ ਨਾ ਕੋਈ ਯੂਕੇ ਤੋਂ ਚਾਈਨਾ ਦੇ ਵਿੱਚ ਜਾ ਸਕਦਾ ਨਾ ਬ੍ਰਾਜ਼ੀਲ ਦੇ ਵਿੱਚ ਜਾ ਸਕਦਾ ਤੇ ਉਹਨਾਂ ਨੇ ਵੀ ਬਿਲਕੁਲ ਹੁਣ ਬੈਨ ਕਰ ਦਿੱਤਾ ਹੈ ਯੂਕੇ ਨੂੰ ਜਿਵੇਂ ਬਾਈਕਾਟ ਕਰ ਦਿੱਤਾ ਗਿਆ ਵੀ ਕੋਈ ਨਹੀਂ ਇੱਧਰ ਉੱਧਰ ਜਾ ਸਕਦਾ ਤੇ ਨਾਲ ਹੀ ਹੁਣ ਜਿਹੜੀ ਅਪਡੇਟ ਆਈ ਉਹ ਯੂਐਸਏ ਤੋਂ ਵੀ ਆ ਰਹੀ ਆ ਵੀ ਜਿਹੜੀਆਂ ਸੋਮਵਾਰ ਤੋਂ ਉਹਨਾਂ ਨੇ ਵੀ ਜਿਹੜੀਆਂ ਫਲੈਟਾਂ ਵੀ ਯੂਕੇ ਦੇ ਲਈ ਆਪਣੀਆਂ ਕੈਨਸਲ ਕਰ ਦਿੱਤੀਆਂ ਗਈਆਂ ਵੀ ਨਾ ਹੀ ਕੋਈ ਆ ਸਕਦਾ ਤੇ ਨਾ ਹੀ ਕੋਈ ਜਾ ਸਕਦਾ ਤੇ ਨਾਲ ਹੀ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਜੀ ਕੱਲ ਦੀਆਂ ਖਬਰਾਂ ਦੇ ਵਿੱਚ ਵੀ ਜਿਹੜੀਆਂ ਹੁਣ ਇਟਲੀ ਨੇ ਪਰਮਿਸ਼ਨ ਦਿੱਤੀ ਆ ਤੇ ਸਿਰਫ ਉਹਨਾਂ ਨੂੰ ਦਿੱਤੀ ਆ ਵੀ ਜਿਨ੍ਹਾਂ ਦੇ ਉਰੇ ਰੈਜ਼ੀਡੈਂਸ ਨੇ ਆ ਤਾਂ ਹੀ ਉਹ ਹੁਣ ਇਟਲੀ ਦੇ ਵਿੱਚ ਵਾਪਸ ਆ ਸਕਦੇ ਆ ਤੇ ਉਹਨਾਂ ਨੂੰ 14 ਦਿਨ ਦੇ ਹੁਣ ਕੁਰੰਟੇਨ ਦੇ ਵਿੱਚ ਰਹਿਣਾ ਪੈਣਾ ਤੇ ਜਦੋਂ ਉਹਨਾਂ ਨੇ ਉੱਥੇ ਤੇ ਚੜ੍ਹਨਾ ਯੂਕੇ ਤੋਂ ਤਾਂ ਉਹਨਾਂ ਦਾ ਹੀ ਪ੍ਰੋਪਰ ਜਿਹੜਾ ਟੈਸਟ ਆਈ ਉਹਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਆ ਤੇ ਯੂਕੇ ਦੇ ਵਿੱਚ ਦੇਖੀਏ ਤਾਂ ਜਿਹੜੇ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਕੇਸ ਆਏ ਆ ਤਾਂ ਹੀ ਉੱਥੇ 32725 ਨਿਊ ਕੇਸ ਆਇਆ ਤੇ ਜਿਹੜੀ ਡੈਥ ਹੋਈ ਆਈ 570 ਜਣਿਆਂ ਦੀ ਨਿਊ ਡੈਥ ਹੋਈ ਆ ਤੇ ਡੈਥ ਦੀ ਟੋਟਲ ਗਿਣਤੀ ਹੋ ਚੁੱਕੀ ਆਈ 70195 ਬੰਦੇ ਦੀ ਡੈਥ ਹੋ ਚੁੱਕੀ ਆਈ ਇਹ ਵਾਇਰਸ ਕਰਕੇ ਤੇ ਹੁਣ ਤਾਂ ਜਿਹੜਾ ਨਿਊ ਵਾਇਰਸ ਆਈ ਉਹ ਦੱਸਿਆ ਜਾ ਰਿਹਾ ਕਿ ਜਿਹੜਾ ਕਰੋਨਾ ਨੇ ਆਪਣਾ ਰੂਪ ਵੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਵੀ ਇਹਨੇ ਆਪਣਾ ਰੂਪ ਬਦਲੇ ਆ ਤਾਂ ਉਹ ਵਾਇਰਸ ਵੀ ਹੁਣ ਇਹਦੇ ਨਾਲੋਂ ਭਿਆਨਕ ਦੱਸਿਆ ਜਾ ਰਿਹਾ ਵੀ ਜਿਹੜਾ ਹੁਣ ਨਿਊ ਵਾਇਰਸ ਆ ਤੇ ਹੁਣ ਜਿਹੜੇ ਟੋਟਲ ਕੇਸ ਆ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਯੂਕੇ ਦੇ ਵਿੱਚ ਹੀ 22 ਲੱਖ ਤੋਂ ਉੱਪਰ ਕੇਸ ਹੋ ਚੁੱਕੇ ਆਂ ਟੋਟਲ ਦੇਸ ਤੋਂ ਬਾਅਦ ਚੱਲਦੇ ਨੈਕਸਟ ਖਬਰ ਵੱਲ ਜਿਹੜੀ ਨੈਕਸਟ ਖਬਰ ਆਈ ਉਹ ਹੈਗੀ ਆ ਇਟਲੀ ਦੇ ਕ੍ਰੇਮਾ ਸ਼ਹਿਰ ਤੋਂ ਆ ਰਹੀ ਆ ਜਿੱਥੇ ਕਿ ਆਪਣੇ ਇੱਕ ਇੰਡੀਅਨ ਭਰਾ ਦੀ ਸੁਖਜਿੰਦਰ ਸਿੰਘ ਜੀ ਦਾ ਨਾਮ ਸੀਗਾ ਤਾਂ ਉਹਦੀ ਡੈਥ ਹੋਈ ਆ ਤਾਂ ਇਹ ਉਹਦੀ ਡੈਥ ਹੀ ਦੱਸਿਆ ਜਾ ਰਿਹਾ ਵੀ ਇੱਕ ਕੈਂਪਰ ਜਿਵੇਂ ਇਹ ਸਟਾਲੇ ਦੇ ਵਿੱਚ ਕੰਮ ਕਰਦਾ ਸੀਗਾ ਤਾਂ ਇਹਨੂੰ ਇੱਕ ਹੀ ਦਿਨ ਹੋਇਆ ਸੀਗਾ ਹਜੇ ਹੀ ਸਟਾਲੇ ਦੇ ਵਿੱਚ ਕੰਮ ਕਰਦੇ ਨੂੰ ਤੇ ਅਚਾਨਕ ਜਿਹੜੀ ਅੱਗ ਲੱਗਣ ਕਰਕੇ ਇਹਦੀ ਡੈਥ ਹੋਈ ਆ ਤੇ ਇਹ ਵੀਰ ਦੀ ਉਮਰ ਜਿਹੜੀ ਦੱਸੀ ਜਾ ਰਹੀ ਹੈ ਇਹ ਉਹ 30 ਸਾਲ ਦੀ ਹੈ ਵੀਰ ਦੀ ਉਮਰ ਸੀਗੀ ਤੇ ਮਾਲਕ ਦੇ ਕੋਲ ਰਹਿائش ਨਾ ਹੋਣ ਕਰਕੇ ਤਾਂ ਇਹਨੂੰ ਇੱਕ ਕੈਂਪਰ ਦਿੱਤਾ ਗਿਆ ਸੀਗਾ ਤੇ ਇਹ ਪੰਜਾਬ ਤੋਂ ਜ਼ਿਲ੍ਹਾ ਗਰਦਾਸਪੁਰ ਤੇ ਪਿੰਡ ਪੱਟੀਆਂ ਦਾ ਰਹਿਣ ਵਾਲਾ ਸੀਗਾ ਇਹ ਵੀਰ ਜਿਹੜਾ ਸੁਖਜਿੰਦਰ ਸਿੰਘ ਵੀਰ ਦਾ ਇਹਦਾ ਨਾਮ ਸੀਗਾ ਆਪਾਂ ਨੂੰ ਜਿਵੇਂ ਤੁਹਾਨੂੰ ਦੱਸਿਆ ਤੇ ਇਹ ਇਕੱਲਾ ਹੀ ਇਕਲੌਤਾ ਪੁੱਤ ਸੀਗਾ ਹੀ ਮਾਵਾਪ ਦਾ ਤੇ ਇਟਲੀ ਆਏ ਨੂੰ ਇਹ ਵੀਰ ਨੂੰ ਹਜੇ ਸਿਰਫ ਹੀ ਜਿਹੜੇ 4 ਸਾਲ ਹੀ ਹੋਏ ਹਨ ਇਹਨੂੰ ਵੀਰ ਨੂੰ ਆਏ ਨੂੰ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਬੋਨਸ ਜਿਹੜਾ ਟੀਵੀ ਆ ਉਹਦੇ ਬਾਰੇ ਵੀ ਇਹੇ ਵਾਉਨਸ ਤੁਸੀਂ ਕਿਵੇਂ ਲੈਣਾ ਤੇ ਇਹਦੇ ਵਿੱਚ ਤੁਹਾਡਾ ਈਜ਼ੀ ਆ ਜਿਹੜਾ ਇਹੋ ਕਿੰਨਾ ਚਾਹੀਦਾ ਤੇ ਇਹੇ ਵਾਉਨਸ ਜਦੋਂ ਤੁਸੀਂ ਅਪਲਾਈ ਕਰਨਾ ਇਹੇ ਵਾਉਨਸ ਤੁਹਾਡਾ ਮਾਰਕੀਟ ਦੇ ਵਿੱਚ ਹੀ ਅਪਲਾਈ ਹੋਊਗਾ ਜਦੋਂ ਤੁਸੀਂ ਟੀਵੀ ਲੈਣਾ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਈਜ਼ੀ ਆ ਤਾਂ ਇਹੋ 20000 ਤੋਂ ਘੱਟ ਤੁਹਾਡਾ ਈਜ਼ੀ ਚਾਹੀਦਾ ਤੇ 20000 ਜਿਵੇਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਾਫੀ ਜ਼ਿਆਦਾ ਹੁੰਦਾ ਈ ਤਕਰੀਬਨ ਜੇ ਕਿਸੇ ਨੇ ਲੈਣਾ ਤਾਂ ਇਜ਼ੇ ਹੁੰਦਾ ਨਹੀਂ ਹੈਗਾ ਤਾਂ 10k000 ਤਾਈਂ ਲਿਮਟ ਹੁੰਦੀ ਹੈ ਇਜ਼ੇ ਦੀ ਤਕਰੀਬਨ ਆਪਣੇ ਬੰਦੇ ਜਿਹੜੇ ਆਪਣੇ ਬੰਦੇ ਆ ਜਿਨ੍ਹਾਂ ਦੇ ਆਪਣੇ ਕੰਮ ਕਰ ਹੁੰਦੇ ਆ ਯ ਉਹਨਾਂ ਦਾ ਹੀ 20000 ਤੋਂ 23000 ਹੁੰਦਾ ਤੇ ਇਹ ਵਾਉਂਸ ਜਿਹੜਾ ਤੁਹਾਨੂੰ ਮਿਲੂਗਾ ਇਹ 50 ਯੂਰੋ ਦਾ ਤੁਹਾਨੂੰ ਵਾਉਂਸ ਮਿਲੂਗਾ ਜੇ ਤੁਹਾਡਾ 500 ਦਾ ਟੀਵੀ ਆ ਤਾਂ ਉਹਦੇ ਤੇ ਤੁਹਾਨੂੰ 50 ਯੂਰੋ ਸਕਾਉਂਟ ਤੋਂ ਮਿਲੂਗੀ ਜਿਹੜਾ ਬੋਨਸ ਮਿਲੂਗਾ ਹੀ 50 ਯੂਰੋ ਦਾ ਤੇ ਤੁਹਾਡਾ ਸਿਰਫ ਹੀ ਇਹਦੇ ਵਿੱਚ ਇਜ਼ੇ ਤੇ ਤੁਹਾਡੇ ਨਾਰਮਲ ਪੇਪਰ ਲੱਗਣੇ ਆ ਤੇ ਜਿਹੜੇ ਇਹ ਕੁਝ ਹੀ ਟੀਵੀ ਹੋਣਗੇ ਜਿਹੜੇ ਤੁਸੀਂ ਉੱਥੇ ਜਾ ਕੇ ਮਾਰਕੀਟ ਦੇ ਵਿੱਚ ਜਾ ਕੇ ਦੇਖੂਗੇ ਤਾਂ ਉਹ ਟੀਵੀਆਂ ਦੇ ਉੱਤੇ ਸਪੈਸ਼ਲ ਲੱਗੇ ਹੋਇਆ ਹੋਊਗਾ ਜਿਵੇਂ ਕੋਈ ਉਹਨਾਂ ਨੇ ਪਰਚੀ ਵਗੈਰਾ ਜਾਂ ਕੋਈ ਸਟicker ਵਗੈਰਾ ਲੱਗੇ ਹੋਇਆ ਹੋਊਗਾ ਟੀਵੀਆਂ ਦੇ ਉੱਤੇ ਵੀ ਇਹ ਟੀਵੀਆਂ ਤੇ ਵਾਉਂਸ ਆ ਤਾਂ ਤੁਸੀਂ ਉਹੀ ਟੀਵੀ ਖਰੀਦ ਸਕਦੇ ਆ ਇਹ ਨਹੀਂ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਟੀਵੀ ਖਰੀਦ ਲਓ ਤਾਂ ਜਿਹੜੇ ਟੀਵੀਆਂ ਤੇ ਵਾਉਂਸ ਹੋਊਗਾ ਤਾਂ ਉਹਨਾਂ ਤੇ ਹੀ ਤੁਹਾਨੂੰ ਇਹ ਵੌਨਸ ਮਿਲਣਾ ਤਾਂ ਤੁਹਾਨੂੰ ਉਹੀ ਟੀਵੀ ਖਰੀਦਣੇ ਪੈਣੇ ਆ। ਉੱਤੇ ਬਾਕੀ ਤੁਸੀਂ ਇਹਦੀ ਇਨਫਰਮੇਸ਼ਨ ਜਿਹੜਾ ਮਾਰਕੀਟ ਦੇ ਵਿੱਚ ਤੁਸੀਂ ਟੀਵੀ ਲੈਣਾ ਚਾਹੇ, ਟ੍ਰੌਨੀ ਚੋਂ ਲੈਣਾ ਚਾਹੇ, ਉਨੀਅਰੋ ਚੋਂ ਲੈਣਾ, ਚਾਹੇ ਵੈਨੜ ਚੋਂ ਲੈਣਾ ਤਾਂ ਤੁਸੀਂ ਉੱਥੇ ਤੇ ਆਪਣੀ ਇਹਦੀ ਇਨਫਰਮੇਸ਼ਨ ਲੈ ਸਕਦੇ ਆ ਇਹ ਵੌਨਸ ਬਾਰੇ ਹੋਰ ਵੀ। ਤੇ ਹੁਣ ਗੱਲ ਕਰਦੇ ਆਂ ਜੀ ਆਪਾਂ ਕਮੂਨੇ ਦੇ ਰਿਲੇਟਡ ਵੀ ਕਿਵੇਂ ਤੁਸੀਂ ਆਨਲਾਈਨ ਵੀ ਜਿਹੜੀਆਂ ਕੋਸ਼ ਜ਼ਰੂਰਤਬੰਦ ਪੇਪਰਾਂ ਵੀ ਉਹ ਕਿਵੇਂ ਆਪਣੇ ਸਪਿਰਟ ਦੇ ਨਾਲ ਹੀ ਘਰ ਬੈਠੇ ਹੀ ਤੁਸੀਂ ਵੀ ਆਪ ਖੁਦ ਕੱਢ ਸਕਦੇ ਆ ਤਾਂ ਹੁਣ ਤੁਹਾਨੂੰ ਕੋਈ ਲਾਈਨ ਦੇ ਵਿੱਚ ਲੱਗਣ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਆਪਾਂ ਪੇਪਰਾਂ ਦੀ ਗੱਲ ਕਰੀਏ ਤਾਂ ਸਤਾਤ ਉਹਦੀ ਫੈਮਿਲੀ ਆ ਜਾਂ ਫਿਰ ਚਾਤੀਵਕਾ ਤੋਂ ਉਹਦੀ ਰੈਜ਼ੀਡੈਂਸ ਆ ਤੇ ਜਾਂ ਫਿਰ ਕੋਈ ਹੋਰ ਪੇਪਰ ਵੀ ਤੁਸੀਂ ਕੱਢਣਾ ਹੈ ਤੇ ਜੇ ਤੁਹਾਨੂੰ ਤੇ ਜੇ ਤੁਹਾਨੂੰ ਮਾਰਕਾ ਦੀ ਬੋਲੋ ਵੀ ਲਗਾਉਣੀ ਪੈਂਦੀ ਆ ਤਾਂ ਤੁਸੀਂ ਉਹਦਾ ਨੰਬਰ ਵੀ ਪਾ ਕੇ ਮਿ ਮਾਰਕਾ ਦੇ ਬੋਲੇ ਤੋਂ ਜਿਹੜਾ ਉੱਪਰ ਨੰਬਰ ਲਿਖਿਆ ਹੁੰਦਾ ਤਾਂ ਉਹ ਪਾ ਕੇ ਇਹ ਆਨਲਾਈਨ ਜਿਹੜੀ ਸਰਵਿਸ ਹੈ ਤਾਂ ਇਹਦਾ ਫਾਇਦਾ ਲੈ ਸਕਦੇ ਆ ਤੇ ਫੋਰ ਐਗਜ਼ਾਮਪਲ ਜੇ ਤੁਸੀਂ ਬਰੇਸ਼ੀਆ ਦੇ ਵਿੱਚ ਰਹਿੰਦੇ ਆ ਤਾਂ ਹੀ ਤੁਸੀਂ ਸੱਚ ਮਾਰਨਾ ਕਮੂਨੇ ਦੀ ਬਰੇਸ਼ੀਆ ਤੇ ਉਸ ਤੋਂ ਥੱਲੇ ਜਿਹੜੀ ਆਪਸ਼ਨ ਆ ਜੇਣੀ ਸਰਵਿਸਿਓਂ ਆਨਲਾਈਨ ਤੇ ਉਹਦੇ ਵਿੱਚ ਤੁਸੀਂ ਕੋਈ ਵੀ ਤਰ੍ਹਾਂ ਦਾ ਜੀ ਤੁਹਾਨੂੰ ਕੋਈ ਵੀ ਪੇਪਰ ਚਾਹੀਦਾ ਤਾਂ ਜਿਹੜੀ ਮਾਰਕਾ ਬੋਲੋ ਦਾ ਤੁਸੀਂ ਨੰਬਰ ਆਈ ਉਹ ਭਰਨਾ ਹੈ ਤੇ ਉਸ ਤੋਂ ਬਾਅਦ ਇਹ ஆன்ਲਾਈਨ ਸਰਵਿਸ ਦਾ ਜਿਹੜਾ ਤੁਸੀਂ ਫਾਇਦਾ ਲੈ ਸਕਦੇ ਆਂ ਇਸ ਸਪੈਡ ਦੇ ਨਾਲ ਤੇ ਸਪੈਡ ਦੇ ਨਾਲ ਜਿਵੇਂ ਤੁਹਾਡਾ ਜਿਹੜਾ ਬਾਇਓ ਡਾਟਾ ਹੈ ਤਾਂ ਉਹ ਸਾਰਾ ਬਾਇਓ ਡਾਟਾ ਉਹਨਾਂ ਦੇ ਕੋਲ ਰਿਕਾਰਡ ਤੁਹਾਡਾ ਪਹੁੰਚ ਜਾਣਾ ਤੇ ਇਹਦੇ ਨਾਲ ਹੀ ਜਿਹੜਾ ਤੁਸੀਂ ਆਪਣਾ ਘਰ ਬੈਠੇ ਹੀ ਆਪਣੇ ਜਿਹੜੇ ਪੇਪਰ ਕਮੂਨੇ ਦਾ ਕੰਮ ਆ ਤਾਂ ਉਹ ਘਰ ਬੈਠੇ ਹੀ ஆன்ਲਾਈਨ ਤੁਸੀਂ ਆਪਣੇ ਬਾਇਏ ਮੇਲ ਜਿਹੜਾ ਤੁਸੀ ਤੁਹਾਨੂੰ ਪੇਪਰ ਚਾਹੀਦਾ ਹੋਊਗਾ ਤਾਂ ਉਹਨਾਂ ਨੇ ਤੁਹਾਨੂੰ ਬਾਇਏ ਮੇਲ ਭੇਜ ਦੇਣਾ ਵੀ ਈਮੇਲ 'ਚ ਤੁਹਾਡੀ 'ਚ ਆ ਜੇਣਾ ਉਹ ਪੇਪਰ ਤੇ ਹੁਣ ਇਸ ਤੋਂ ਬਾਅਦ ਚਲਦੇ ਹਾਂ ਨੈਕਸਟ ਅਪਡੇਟ ਵੱਲ ਤਾਂ ਹੁਣ ਫਰਾਂਸ ਦੇ ਵਿੱਚ ਦੇਖੀਏ ਤਾਂ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਕੇਸ ਆਏ ਆ ਤਾਂ ਉੱਥੇ ਜਿਹੜੀ 20262 ਨਵੇਂ ਕੇਸ ਆਇਆ ਤੇ ਉਰੇ 169 ਬੰਦੇ ਦੀ ਨਿਊ ਡੈਥ ਹੋਈ ਆ ਤੇ ਇਹਦੇ ਨਾਲ ਹੀ ਹੁਣ ਆਪਾਂ ਦੇਖੀਏ ਜਰਮਨ ਦੇ ਵਿੱਚ ਤਾਂ ਜਰਮਨ ਦੇ ਵਿੱਚ ਵੀ ਜਿਹੜੀ ਕੇਸਾਂ ਦੀ ਗਿਣਤੀ ਆ ਇਹੋ ਕਾਫੀ ਜ਼ਿਆਦਾ ਵਧੀ ਆ ਹੁਣ ਪਿਛਲੇ 24 ਘੰਟਿਆਂ ਦੇ ਵਿੱਚ 18411 ਨਵੇਂ ਕੇਸ ਆਇਆ ਤੇ ਉਰੇ 200 82 ਜਣਿਆਂ ਦੀ ਨਿਊ ਡੈਥ ਦੱਸੀ ਜਾ ਰਹੀ ਆ ਤੇ ਹੁਣ ਗੱਲ ਕਰੀ ਆਈ ਸਾਊਥ ਅਫਰੀਕਾ ਦੀ ਤਾਂ ਸਾਊਥ ਅਫਰੀਕਾ ਦੇ ਵਿੱਚ ਵੀ ਜਿਹੜਾ ਨਵਾਂ ਵਾਇਰਸ ਦੇ ਕੁਝ ਹੋਰ ਉੱਥੇ ਲੱਛਣ ਦੱਸੀ ਗਏ ਆ ਤਾਂ ਉਰੇ ਵੀ ਜਿਹੜੇ ਨਿਊ ਕੇਸ ਆਏ ਆ ਤਾਂ ਉਹ 14796 ਨਵੇਂ ਕੇਸ ਆਏ ਆ ਤੇ 293 ਬੰਦਿਆਂ ਦੀ ਡੈਥ ਦੱਸੀ ਜਾ ਰਹੀ ਆ ਤਾਂ ਦੱਸਿਆ ਜਾ ਰਿਹਾ ਵੀ ਜਿਹੜਾ ਇਹ ਨਿਊ ਵਾਇਰਸ ਆ ਵੀ ਜਿਹੜਾ ਇਹ ਕਰੋਨਾ ਵਾਇਰਸ ਨੇ ਆਪਣਾ ਜਿਹੜਾ ਰੂਪ ਚੇਂਜ ਕੀਤਾ ਤਾਂ ਇਹ ਇਹਦੇ ਨਾਲੋਂ ਵੀ ਭਿਆਨਕ ਦੱਸਿਆ ਜਾ ਰਿਹਾ ਹੈ ਤੇ ਬਾਕੀ ਜਿਹੜੀਆਂ ਹੁਣ ਕੁਝ ਖਬਰਾਂ ਆ ਰਹੀਆਂ ਤਾਂ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਕਾਫੀ ਜ਼ਿਆਦਾ ਖਤਰਨਾਕ ਆ ਤੇ ਦੇਖੋ ਜਿਹੜੀ ਇਹ ਵੈਕਸੀਨ ਆ ਤਾਂ ਇਹ ਵਾਇਰਸ ਤੇ ਵੀ ਕੰਮ ਕਰੂਗੀ ਜਿਵੇਂ ਹੁਣ ਵਾਇਰਸ ਨੇ ਨੇ ਆਪਣਾ ਰੂਪ ਬਦਲੇ ਆ ਤਾਂ ਹੁਣ ਦੇਖੋ ਜਿਹੜੀ ਵੈਕਸੀਨ ਤਿਆਰ ਹੋਈ ਆ ਵੀ ਉਹ ਵੈਕਸੀਨ ਇਹਦੇ ਤੇ ਕੰਮ ਕਰੂਗੀ ਤੇ ਦੇਖਾਂਗੇ ਹੀ ਆਪਾਂ ਹੁਣ ਆਉਣ ਵਾਲੀਆਂ ਜਿਹੜੀਆਂ ਕੁਝ ਅਪਡੇਟ ਹੋਣਗੀਆਂ ਕੁਝ ਨਿਊ ਖਬਰਾਂ ਹੋਣਗੀਆਂ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਗੱਲ ਕਰੀਈ ਆਪਾਂ ਪਾਕਿਸਤਾਨ ਦੀ ਦਾ ਪਾਕਿਸਤਾਨ ਦੇ ਵਿੱਚ 2152 ਨਿਊ ਕੇਸ ਆਇਆ ਤੇ ਉਹਦੇ ਜਿਹੜੀ ਡੈਥ ਹੋਈ ਆਈ 85 ਜਣਿਆਂ ਦੀ ਨਿਊ ਡੈਥ ਹੋਈ ਆ ਤੇ ਪੁਰਤਗਾਲ ਦੇ ਵਿੱਚ ਦੇਖੀਏ ਤਾਂ 44146 ਨਿਊ ਕੇਸ ਆਇਆ ਤੇ ਉਹਦੇ 65 ਜਣਿਆਂ ਦੀ ਡੈਥ ਹੋਈ ਆ ਤੇ ਅਸਟਰੀਆ ਦੇ ਵਿੱਚ 1852 ਨਿਊ ਕੇਸ ਆਏ ਆ ਤੇ ਉਰੇ 38 ਜਣੇ ਦੀ ਡੈਥ ਹੋਈ ਆ ਤੇ ਹੁਣ ਇਸ ਤੋਂ ਵਾਰੀ ਬੈਲਜੀਅਮ ਦੀ ਗੱਲ ਕਰੀਏ ਤਾਂ ਬੈਲਜੀਅਮ ਦੇ ਵਿੱਚ ਹੀ 2583 ਨਿਊ ਕੇਸ ਆਇਆ ਤੇ ਉਹਨਾਂ ਦੇ 99 ਜਣੇ ਦੀ ਡੈਥ ਹੋਈ ਆ ਤੇ ਇਹੀ ਸੀਗੀ ਅੱਜ ਦੀ ਕੁਝ ਨਿਊ ਅਪਡੇਟ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਠੀਕ ਆ ਜੀ ਮਿਲਦੇ ਆ ਫਿਰ ਕੱਲ ਦੀਆਂ ਖਬਰਾਂ ਦੇ ਵਿੱਚ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ